47,000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ। ਬਿਜਲੀ ਦੇ ਬਿੱਲ 90% ਪੰਜਾਬ ਦੇ ਮਾਫ ਕਰਕੇ, ਜ਼ੀਰੋ ਕਰਕੇ ਤੁਹਾਡੇ ਸਾਹਮਣੇ ਖੜਾ। ਖੇਤਾਂ ਵਾਲੀ ਬਿਜਲੀ ਦਿਨੇ ਆਉਂਦੀ ਹੈ, ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮਿਧਣ ਦੀ ਕੋਈ ਲੋੜ ਨਹੀਂ। ਇਸ ਵਾਰ ਜਨਰੇਟਰਾਂ ਵਾਸਤੇ ਲੋਕਾਂ ਨੇ ਡੀਜ਼ਲ ਨਹੀਂ ਖਰੀਦਿਆ, ਕਿਸੇ ਆੜਤੀ ਤੋਂ ਪਰਚੀ ਨਹੀਂ ਬਣਾਉਣੀ ਪਈ ਵੀ ਪਰਚੀ ਬਣਾ ਦੇ ਵੀਰੋ। ਰਾਸ਼ਨ ਜਿਹੜਾ ਉਹ ਘਰ ਘਰ ਪਹੁੰਚ ਰਿਹਾ। ਹੁਣ ਇਹ ਅਫਵਾਹ ਫੈਲਾਉਂਦੇ ਨੇ ਕਿ ਕੀ ਕਰੀਏ ਯਾਰ, ਭਗਵੰਤ ਮਾਨ ਕਿਸੇ ਵੀ ਗੱਲ 'ਤੇ ਘਿਰਦਾ ਨਹੀਂ, ਕੀ ਕਰੀਏ। ਇਹ ਕਹਿੰਦੇ ਕਿ ਜੀ ਤੁਹਾਨੂੰ ਆਟਾ ਹੀ ਦਿਆ ਕਰਨਗੇ ਜਿਹੜਾ ਰਾਸ਼ਨ 'ਚ। ਨਾ ਨਾ ਨਾ, ਮੈਂ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਸਾਡੇ ਵੱਲੋਂ ਕਣਕ ਅਤੇ ਆਟਾ ਦੋਨਾਂ ਦੀ ਆਪਸ਼ਨ ਹੈ। ਕੋਈ ਪਰਿਵਾਰ ਐਂ ਕਹਿੰਦਾ ਕਿ ਸਾਡੇ ਕੋਲ ਪਿਸਾਈ ਦਾ ਟਾਈਮ ਹੈ ਨਹੀਂ, ਜਾਂ ਅਸੀਂ ਦਿਹਾੜੀ 'ਤੇ ਹੁੰਦੇ ਹਾਂ ਜਾਂ ਪਸਾਉਣਾ ਨਹੀਂ, ਅਸੀਂ ਆਟਾ ਲੈਣਾ, ਆਟਾ ਲੈ ਲਓ। ਜੇ ਕਹਿੰਦਾ ਕਣਕ ਲੈਣੀ ਹੈ, ਕਣਕ ਮਿਲੂ, ਔਰ ਕਣਕ ਵੀ ਇਹਨਾਂ ਵਾਂਗੂ ਕੋਈ ਸੁਸਰੀ ਵਾਲੀ ਜਾਂ ਕੋਈ ਡਲੀਆਂ ਵਾਲੀ ਰੇਤੇ ਵਾਲੀ ਨਹੀਂ ਮਿਲੂ। ਜਿਹੜੀ ਕਣਕ ਆ ਹੁਣ ਮਾਰਕੀਟ 'ਚ ਆਈ ਹੈ, ਜਿਹੜੀ ਕਣਕ ਦਾ ਆਟਾ ਮੈਂ ਆਪਣੇ ਘਰ ਖਾਂਦਾ, ਉਸੇ ਕਣਕ ਦਾ ਆਟਾ ਗਰੀਬ ਵੀ ਖਾਊਗਾ, ਕਣਕ ਮਿਲੂਗੀ ਤੁਹਾਨੂੰ। ਇਹ ਵਾਹ ਫੈਲਾ ਰਹੇ ਨੇ ਕਿ ਕਣਕ ਨਹੀਂ ਦੇਣੀ। ਕਣਕ ਦੇਵਾਂਗੇ ਜੀ, ਜੇ 100% ਘਰ ਕਹਿਣਗੇ ਕਣਕ ਲੈਣੀ, ਕਣਕ ਦੇ ਦਾਂਗੇ। ਸਾਡਾ ਕੰਮ ਤਾਂ ਲੋਕਾਂ ਤੱਕ ਸਹੂਲਤ ਪਹੁੰਚਾਉਣਾ, ਅੱਗੇ ਲੋਕਾਂ ਦੀ ਮਰਜ਼ੀ ਹੈ। ਸੋ ਵੀਰੋ, ਇਹ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੱਗੇ ਹੋਏ ਨੇ ਕਰਨ, ਇਹਨਾਂ ਦੀਆਂ ਗੱਲਾਂ 'ਚ ਨਾ ਆਇਓ। ਮੈਨੂੰ ਪਤਾ ਲੱਗਿਆ ਜਿੱਥੇ ਪਰਿਵਾਰ ਬਚਾਓ ਵੀ ਆਏ ਹੋਏ ਹੈ, ਇੱਥੇ ਹੀ ਮੋਰਚਾ ਲੱਗਿਆ ਸੀ, ਇੱਥੇ ਹੀ ਮੋਰਚਾ ਲੱਗਿਆ ਸੀ ਜਿਹੜੇ ਖੂਹ 'ਚ ਜ਼ਹਿਰ ਪਾਈ ਸੀ, ਪਤਾ ਹੈ ਨਾ। ਜੇ ਨਹੀਂ ਪਤਾ ਯਾਦ ਕਰਾ ਦਿਓ ਉਹਨਾਂ ਨੂੰ। ਇਹਨਾਂ ਤੋਂ ਕੀ ਉਮੀਦ ਕਰੋਗੇ, ਜਾਂਦੀ ਆਵਾਜ਼ ਆਪਣੀ ਤਾਂ ਸਾਰੇ ਪੰਜਾਬ ਜਾਂਦੀ ਹੈ, ਆਪਣੀ ਆਵਾਜ਼ ਤਾਂ ਪੂਰੇ ਦੇਸ਼ 'ਚ ਜਾਂਦੀ ਹੈ। ਸੋ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਬੋਲੀਏ ਕੀ ਹੁਣ। ਸੋ ਵੀਰੋ, ਕਰਮਜੀਤ ਮੇਰਾ ਛੋਟਾ ਭਾਈ ਹੈ, ਅਸੀਂ ਇਕੱਠੇ ਪੜ੍ਹੇ ਹਾਂ ਪਲੱਸ ਵਨ ਤੋਂ, ਅਸੀਂ ਇਕੱਠਿਆਂ ਨੇ ਸਟਰਗਲ ਕੀਤਾ, ਮਿਹਨਤ ਕੀਤੀ, ਬਹੁਤ ਗਰੀਬ ਘਰ ਤੋਂ ਉੱਠ ਕੇ ਆਇਆ। ਅਸੀਂ ਇਕੱਠੇ ਪ੍ਰੋਗਰਾਮਾਂ 'ਤੇ, ਜਿਹੜੇ ਛੋਟੇ ਛੋਟੇ ਕਾਲਜਾਂ ਦੇ ਪ੍ਰੋਗਰਾਮ ਹੁੰਦੇ ਸੀ ਉਹਨਾਂ 'ਚ ਜਾਂਦੇ ਹੁੰਦੇ ਸੀ। ਇਹਨੇ ਮਿਹਨਤ ਕੀਤੀ, ਮੈਂ ਮਿਹਨਤ ਕੀਤੀ, ਬਾਅਦ 'ਚ ਕਾਮਯਾਬ ਹੋ ਗਏ ਤਾਂ ਅਸੀਂ ਇੱਕ ਦੂਜੇ ਨੂੰ ਹੱਥ ਫੜਿਆ ਕਿ ਕੋਈ ਗੱਲ ਨਹੀਂ, ਮੈਂ ਜ਼ਿਆਦਾ ਕਾਮਯਾਬ ਹੋ ਗਿਆ ਤਾਂ ਤੈਨੂੰ ਛੱਡਦਾ ਨਹੀਂ, ਮੈਂ ਆ ਜਾ। ਤਾਂ ਇਹਨੇ ਆਪਣੀ ਮਿਹਨਤ ਕੀਤੀ ਤਾਂ ਇਹ ਆਪ ਕਾਮਯਾਬ ਹੋਇਆ। ਸਹਾਰੇ ਦੀ ਲੋੜ ਹੁੰਦੀ ਹੈ ਵੀਰੋ, ਦੇਖੋ ਇੱਕ ਇੱਕ ਹੁੰਦਾ, 2 11 ਹੁੰਦੇ ਨੇ, ਆਪਣੇ ਪੰਜਾਬੀ ਦੀ ਕਹਾਵਤ ਹੈ। ਸੋ ਕਰਮਜੀਤ ਦਾ ਚੋਣ ਨਿਸ਼ਾਨ ਝਾੜੂ ਹੈ, ਅਤੇ ਚੋਣ ਨਿਸ਼ਾਨ ਜਿਹੜਾ ਉਹ ਮਸ਼ੀਨ ਦੇ ਵਿੱਚ 3 ਨੰਬਰ 'ਤੇ ਹੈ, ਪਰ ਆਉਣਾ ਆਪਾਂ 1 ਨੰਬਰ 'ਤੇ, 1/3 ਕਰਨਾ ਇੱਥੇ ਆਪਾਂ। 3 ਨੰਬਰ ਤੋਂ ਬਿਨਾਂ, 3 ਨੰਬਰ ਤੋਂ ਬਿਨਾਂ ਹੋਰ ਕਿਸੇ ਬਟਨ ਵੱਲ ਦੇਖਿਓ ਨਾ ਜੈਤੋਂ ਵਾਲੇ, ਉਹ ਨਹੀਂ ਤਾਂ ਚਿੱਟਾ ਮੋਤੀਆ ਉਤਰਿਆ ਉਹ ਅੱਖਾਂ 'ਚ, ਪਤਾ ਨਹੀਂ ਕੀ ਕੀ ਪਾਪ ਕੀਤੇ ਹੋਏ ਆ। ਬਸ ਉਹ ਤਾਂ ਹੋ ਗਿਆ ਕੰਮ, ਤੁਸੀਂ ਤਾਂ ਕਰੀ ਬੈਠੇ ਹੋ, ਤੁਹਾਡੀਆਂ ਅੱਖਾਂ ਦੱਸਦੀਆਂ। ਲਓ ਐਂ ਕਰਦਾ, ਮੈਂ ਹਰੇਕ ਭਾਵੇਂ ਮੈਂ ਗੁਜਰਾਤ ਜਾਵਾਂ, ਆਸਾਮ ਜਾਵਾਂ, ਮੱਧ ਪ੍ਰਦੇਸ਼ ਜਾਵਾਂ, ਲੋਕਾਂ ਦਾ ਜੋਸ਼ ਬਹੁਤ ਹੁੰਦਾ ਹੈ। ਅੱਜ ਮੈਂ ਹੁਣ ਤੁਸੀਂ ਉੱਥੋਂ ਲੈ ਕੇ ਆਇਓ, ਮੈਨੂੰ ਲੱਗਦਾ ਨਹੀਂ ਡਰਾਈਵਰ ਨੇ ਗੇਅਰ ਪਾਇਆ ਹੋਊ, ਐਂ ਧੱਕ ਹੀ ਲੈ ਕੇ ਆਇਓ ਗੱਡੀ ਨੂੰ, ਅੱਧੇ ਤਾਂ ਟਾਇਰ ਹੀ ਤਾਂ ਚੱਕੀ ਰੱਖਦੇ ਹੋ। ਇਹ ਪਿਆਰ ਜਿਹੜਾ, ਇਹ ਜਜ਼ਬਾ ਹੈ, ਇਹ ਜੋਸ਼ ਹੈ, ਇਹ ਭੜਾਸ ਹੈ, ਭੜਾਸ। ਲਓ ਫਿਰ ਐਂ ਕਰਦੇ ਹਾਂ,
ਮੈਂ 15-20 ਸਕਿੰਟ ਤੁਹਾਡੇ ਵੱਲ ਮੈਕ ਕਰ ਦਿੰਦਾ, ਭਾਵੇਂ ਚੀਕਾਂ ਮਾਰ ਲਓ, ਭਾਵੇਂ ਜ਼ਿੰਦਾਬਾਦ ਕਹਿ ਲਓ, ਇੱਧਰਲਿਆਂ ਦਾ ਮੁਕਾਬਲਾ ਇੱਧਰਲਿਆਂ ਨਾਲ ਹੈ। ਚੀਕਾਂ ਮਾਰ ਲਓ, ਭਾਵੇਂ ਜ਼ਿੰਦਾਬਾਦ ਦੇ ਨਾਰੇ ਲਾ ਲਓ, ਜੋ ਮਰਜ਼ੀ ਕਰ ਲਓ, ਆਪਕਾ ਸਮੇਂ ਸ਼ੁਰੂ ਹੋਤਾ ਹੈ ਅਬ।